नमस्कार खबरों दिस ब्लूटन चो स्वागत मैं हा परमिंदर कौर पहला पेश ने चोणिया खबरा राष्ट्रपति द्रौपदी मुर्मू आज नवी दिल्ली च 69 राष्ट्रीय फिल्म पुरस्कार करण प्रदान प्रधानमंत्री नरेंद्र मोदी आज विश्व समुद्री भारत शिखर सम्मेलन 2023 दा करण के उद्घाटन ਪੰਜਾਬ ਸਰਕਾਰ ਨੇ 3 ਨਵੰਬਰ ਤੱਕ ਲੋਕਾਂ ਵੱਲੋਂ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸੇਤ ਬੀਮਾ ਯੋਜਨਾ ਤਹਿਤ ਪंजीकरण ਲਈ ਚਲਾਈ ਵਿਸ਼ੇਸ਼ ਮਹਿੰਮ ਇਜ਼ਰਾਈਲ ਨੇ ਜੰਗ ਬੰਦੀਏ ਤੇ ਗਾਜ਼ਾ ਲਈ ਸਰਹੱਦੀ ਲਾਂਘੇ ਖੋਲਣ ਤੋਂ ਕੀਤਾ ਇਨਕਾਰ ਕ੍ਰਿਕਟ ਵਿਸ਼ਵ ਕੱਪ ਚ ਆਸਟ੍ਰੇਲੀਆ ਨੂੰ ਦੋ ਹਾਰਾਂ ਤੋਂ ਬਾਅਦ ਮਿਲੀ ਜਿੱਤ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਇਆ ਹੁਣ ਖਬਰਾਂ ਵਿਸਥਾਰ ਨਾਲ ਰਾਸ਼ਟਰਪਤੀ ਦੋਪਦੀ ਮੁਰਮੂ ਅੱਜ ਨਵੀਂ ਦਿੱਲੀ ਚ 69ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕਰਨਗੇ ਸਮਾਗਮ ਚ ਸੂਚਨਾ ਤੇ ਪ੍ਰਚਾਰਨ ਮੰਤਰੀ ਅਨੁਰಾಗ್ ਸਿੰਘ ਠਾਕੁਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ आर माधवन ਵੱਲੋਂ ਨਿਰਦੇਸ਼ਿਤ ਰੌਕਟਰੀ ਦਾ ਨੰਬੀ ਇਫੈਕਟ ਸਾਲ 2023 ਦੀ ਸਰਵੋਤਮ ਫਿਲਮ ਐਲਾਨਿਆ ਗਿਆ। ਅੱਲੂ ਅਰਜੁਨ ਨੂੰ ਫਿਲਮ ਪੁਸ਼ਪਾ ਦਾ ਰਾਈਜ਼ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲੇਗਾ ਜਦਕਿ आलिया ਪਟਨੂ ਗੰਗੂਬਾਈ ਕਾਠੀਆ ਵਾਲੀ ਲਈ ਸਰਵੋਤਮ ਅਭਿਨੇਤਰੀ ਅਤੇ ਕ੍ਰਿਤੀ ਸੈਨਨ ਨੂੰ ਫਿਲਮ ਮਿਮੀ ਲਈ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਦਿੱਤਾ ਜਾਵੇਗਾ। ਪਲਵੀ ਜੋਸ਼ ਨੂੰ ਕਸ਼ਮੀਰ ਫਾਈਲਸ ਲਈ ਸਰਵੋਤਮ ਸਹਾਇਕ ਅਦਾਕਾਰ ਅਤੇ ਪੰਕਜ ਤ੍ਰਿਪਾਠੀ ਨੂੰ ਫਿਲਮ ਮਿਮੀ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ सब तो वादिया मनोरंजन प्रदान करने वाली सब तो मशहूर फिल्म आर 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 एलानी गई है इस तो इलावा श्रेया घोषाल सर्वोत्तम प्लेबैक गायका काल भैरव सर्वोत्तम प्लेबैक गायक लिये पुरस्कार दिता जाएगा ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਵਿਸ਼ਵ ਸਮੁੰਦਰੀ ਭਾਰਤ ਸਿਖਰ ਸੰਮੇਲਨ 2023 ਦੇ 3ਜੇ ਐਡੀਸ਼ਨ ਦਾ ਉਦਘਾਟਨ ਕਰਨਗੇ। ਇਹ ਕਾਨਫਰੰਸ ਅੱਜ ਤੋਂ 19 ਅਕਤੂਬਰ ਤੱਕ ਮੁੰਬਈ 'ਚ ਹੋਵੇਗੀ। ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਭਾਰਤੀ ਸਮੁੰਦਰੀ ਬਲੂ ਅਰਥ ਚਾਰ ਲਈ ਲੰਮੇ ਸਮੇਂ ਦਾ ਖਾਕਾ ਅਮਰਤਕਾਲ ਵਿਜ਼ਨ 2047 ਦਾ ਉਦਘਾਟਨ ਕਰਨਗੇ। ਇਸ ਖਾਕੇ 'ਚ ਬੰਦਰਗਾਹ ਸਹੂਲਤਾਂ ਨੂੰ ਵਧਾਉਣ, ਟਿਕਾਊ ਪ੍ਰਣਾਲੀਆਂ ਦਾ ਵਿਸਥਾਰ ਕਰਨਾ ਅਤੇ ਅੰਤਰਰਾਸ਼ਟਰੀ ਸਹਿਯੋਗ ਦੀ ਸਹੂਲਤ ਲਈ ਰਨ ਇਤਿਕ ਪਹਿਲ ਕਦਮੀਆਂ ਦੀ ਰੂਪਰੇਖਾ ਸ਼ਾਮਿਲ ਹੈ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਗੁਜਰਾਤ ਦੀ ਦੀਨਦੇয়াল ਪੋਰਟ ਅਥਾਰਟੀ ਵਿਖੇ 4500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਟੂਨਾ ਟੇਕਰਾ 올 ਵੈਦਰ ਡੀਪ ਡਰਾਫਟ ਟਰਮੀਨਲ ਦਾ ਨੀ ਪੱਥਰ ਰੱਖਣਗੇ ਇਸ ਸੰमेलन ਤੇਜ ਦਾ ਸਭ ਤੋਂ ਵੱਡਾ ਸਮੁੰਦਰੀ ਪ੍ਰੋਗਰਾਮ ਹੈ ਇਸ ਚ ਯੂਰਪ ਅਫਰੀਕਾ ਦੱਖਣੀ ਅਮਰੀਕਾ ਅਤੇ ਏਸ਼ੀਆ ਤੇ ਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ ਦੁਨੀਆ ਭਰ ਦੇ ਮੰਤਰੀ ਸ਼ਾਮਿਲ ਹੋਣਗੇ ਰੱਖਿਆ ਮੰਤ੍ਰਾਲੀ ਨੇ ਆਈਐਨਐਸ ਬਿਆਸ ਦੇ ਆਧੁਨਿਕੀਕਰਨ ਤੇ ਸੁਸ਼ਕਤੀ ਕਰਨ ਲਈ ਕੋਚਿੰਗਸ਼ਿਪ ਯਾਰਡ ਲਿਮਿਟਿਡਸ ਨਾਲ 313 ਕਰੋੜ ਰੁਪਏ ਤੋਂ ਵੱਧ ਦੇ ਸਮਝੌਤੇ ਤੇ ਸਥਾਪਿਤ ਕੀਤੇ ਨੇ ਆਈਐਨਐਸ ਬਿਆਸ ਪਹਿਲਾ ਬ੍ਰਹਮਪੁੱਤਰ ਸ਼੍ਰੇਣੀ ਦਾ ਜੰਗੀ ਬੇੜਾ ਜਿਸ ਦੇ ਇੰਜਣ ਨੂੰ ਭਾਵਤੂ ਡੀਜ਼ਲ ਪ੍ਰੋਪਲਿਸ਼ਨ ਵਿੱਚ ਬਦਲਿਆ ਜਾਪੇਗਾ 2026 ਚ ਇਸ ਕੰਮ ਦੇ ਪੂਰਾ ਹੋਣ ਤੋਂ ਬਾਅਦ ਆਈਐਨਐਸ ਬਿਆਸ ਨੂੰ ਭਾਰਤੀ ਜਲ ਸੈਨਾ ਦੇ ਬੇੜੇ ਵਿੱਚ ਸ਼ਾਮਿਲ ਕੀਤਾ ਜਾਪੇਗਾ ਨਵੀਂ ਦਿੱਲੀ 'ਚ ਫੌਜੀ ਕਮਾਂਡਰਾਂ ਦੀ ਕਾਨਫਰੰਸ ਸ਼ੁਰੂ ਹੋ ਗਈ ਹੈ ਇਹ ਉੱਚ ਪਦਰੀ 2 ਸਾਲਾ ਸਮਾਗਮ ਭਾਰਤੀ ਫੌਜ ਦੇ ਮਹੱਤਵਪੂਰਨ ਨੀਤੀਗਤ ਫੈਸਲਿਆਂ ਬਾਰੇ ਵਿਚਾਰ-ਵਟਾਂਦਰੀ ਦੀ ਸਹੂਲਤ ਲਈ ਇੱਕ ਸੰਸਥਾਗਤ ਪਲੇਟਫਾਰਮ ਹੈ ਪੰਜ ਰੋਜ਼ਾ ਕਾਨਫਰੰਸ ਦੇ ਪਹਿਲੇ ਦਿਨ ਫੌਜ ਦੇ ਕਮਾਂਡਰ ਅਤੇ ਹੋਰ ਸੀਨੀਅਰ ਅਧਿਕਾਰੀ ਮੀਟਿੰਗਾਂ ਕਰ ਰਹੇ ਨੇ ਰੱਖਿਆ ਮੰਤਰਾਲੇ ਨੇ ਆਖਿਆ ਕਿ ਸਿਖਰਲੀ ਲੀਡਰਸ਼ਿਪ ਭਾਰਤੀ ਫੌਜ ਦੀ ਸੰਚਾਲਨ ਤਿਆਰੀ ਦੀ ਸਮੀਖਿਆ ਤੋਂ ਇਲਾਵਾ ਮੌਜੂਦਾ ਅਤੇ ਉੱਭਰਦੇ ਸੁਰੱਖਿਆ ਹਾਲਾਤਾਂ ਤੇ ਵੀ ਇਨ੍ਹਾਂ ਦਿਨਾਂ ਦੌਰਾਨ ਚਰਚਾ ਕਰੇਗੀ ਕਮਾਂਡਰਾਂ ਦੀ ਕਾਨਫਰੰਸ ਇਸ ਦੇ ਵਿਆਪਕ ਦਾਇਰੇ ਦੇ ਨਾਲ ਯਕੀਨੀ ਬਣਾਉਂਦੀ ਹੈ ਕਿ ਭਾਰਤੀ ਫੌਜ ਪ੍ਰਗਤੀਸ਼ੀਲ ਅਗਾਮੀ ਵਧੂ ਅਨੁਕੂਲ ਅਤੇ ਪਵਿੱਖਦੀਆਂ ਚੁਣੌਤੀਆਂ ਲਈ ਤਿਆਰ ਰਹੇ ਕੇਂਦਰੀ ਬਿਜਲੀ ਨਮੀ ਤਨੀ ਵੈਨਜੂ ਗੁਰਜਾ ਮੰਤਰੀ ਆਰਕੇ ਸਿੰਘ ਨੇ ਨਮੀ ਦਿੱਲੀ ਚ ਈਬੀ ਰੈਡੀ ਇੰਡੀਆ ਬੋਰਡ evereadyindia.org ਲਾਂਚ ਕੀਤਾ ਹੈ ਇਸ ਮੌਕੇ ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਵਿਕ ਇਲੈਕਟ੍ਰਿਕ ਵਾਹਨਾਂ ਦਾ ਇਹ ਉਹਨਾਂ ਭਰੋਸਾ ਪ੍ਰਗਟ ਕੀਤਾ ਹੈ ਕਿ ਸਟੋਰੇਜ ਦੀਆਂ ਕੀਮਤਾਂ ਹੇਠਾਂ ਆਉਣਗੀਆਂ ਤੇ ਡੀਜ਼ਲ ਤੇ ਪੈਟਰੋਲ ਬਹਨ ਇਤਿਹਾਸ ਬਣ ਜਾਣਗੇ ਕੇਂਦਰੀ ਮੰਤਰੀ ਨੇ ਆਖਿਆ ਕਿ ਭਾਰਤੀ ਇਲੈਕਟ੍ਰਿਕ ਗਤੀਸ਼ੀਲਤਾ ਨੂੰ ਅਪਣਾਉਣਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਅਸੀਂ ਆਉਣ ਵਾਲੇ ਸਾਲਾਂ ਚ ਤੀਜਾ ਸਭ ਤੋਂ ਵੱਡਾ ਅਰਥਚਾਰਾ ਕਰਨਾ ਚਾਹੁੰਦੇ ਹਾਂ ਤੇ ਟੀਜਾ ਊਰਜਾ ਖੇਤਰ ਵਿੱਚ ਸਵੈ ਨਿਰਪਰਤਾ ਰਾਹੀਂ ਪ੍ਰਾਪਤ ਕੀਤਾ ਜਾ ਪੀਗਾ ਭਾਜਪਾ ਦੇ ਕੌਮੀ ਜਰਨਲਜ਼ ਕਰਤਰ ਤਰੁਣ ਚੁਗਨੇ ਤਰਨਮੂਲ ਕਾਂਗਰਸੀ ਯਾਗੂ ਮਹੂਆ ਮੋਤਰਾ ਖਿਲਾਫ ਸੰਸਦ ਵਿੱਚ ਸਵਾਲ ਪੁੱਛਣ ਦੇ ਬਦਲੇ ਨਗਲੀ ਲੈਣ ਦੇ ਦੋਸ਼ਾਂ ਵਿੱਚ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਇੱਕ ਪ੍ਰੈਸ ਬਿਆਨ ਚੁਕਾਇਆ ਕਿ ਲੋਕ ਸਭਾ ਸਪੀਕਰ ਨੂੰ ਇੱਕ ਪਦਰੀ ਕਮੇਟੀ ਦਾ ਗਠਨ ਕਰਨਾ ਚਾਹੀਦਾ ਹੈ ਤੇ ਸਦਨ ਵਿੱਚ ਸਵਾਲ ਪੁੱਛਣ ਬਦਲੇ ਪੈਸੇ ਲੈਣ ਦੇ ਮੋਤਰਾ ਵਿਰੁੱਧ ਗੰਭੀਰ ਦੋਸ਼ਾਂ ਦੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਇਹ ਜੇ ਆਕਰਨਲ ਸੰਸਦੀ ਮर्यादा ਨੂੰ ਠੇਸ ਪਹੁੰਚੀ ਹੈ। ਇਸ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂ ਦੂਬੇ ਨੇ ਮੋਤਰਾ ਤੇ ਸੰਸਦ ਵਿੱਚ ਸਵਾਲ पारित तो रिश्वत लेने का दोष लगाया सीते लोकसभा स्पीकर ओम बिरला ने उस विरुद्ध दोषों की जांच करने एक जांच कमेटी गठित करने की भी अपील की थी मोह मित्र एवं टीएमसी पर भ्रष्टाचार व लोकतंत्र के सबसे बड़े मंदिर की मर्यादा को तार-तार करना स्पष्ट हो चुका है लोकसभा के स्पीकर साहब को इन संगीन आरोपों पर हाई पावर कमेटी बनानी चाहिए और जांच करनी चाहिए कि किस तरह लोकसभा की सदस्यता वाला लोग इन आई जिसके द्वारा केवल सांसद सदस्य ही प्रश्न पूछ सकता है वो किसको दिया क्यों दिया उसके बदले में क्या मिला और क्या दिया देश जानना चाहता है विश्व के सबसे बड़े पंचायत भारत के लोकतंत्र के मंदिर 140 करोड़ भारतीयों का नेतृत्व करने वाले उस मंदिर की मर्यादा को किस तरह हनन किया किस तरह भारत की और भारत के लोकतंत्र की साख विषम में गिराई गई है ये एक बहुत बड़ा अपराध है ये भ्रष्टाचार से ज्यादा अपराध है देश की मर्यादा के हनन का भी अपराध है कठोर ਪੰਜਾਬ ਦੇ ਵੱਧ ਤੋਂ ਵੱਧ ਲੋਕਾਂ ਨੂੰ ਸਿਹਤ ਬੀਮਾ ਕਵਰ ਹੇਠ ਰਜਿਸਟਰਡ ਕਰਨ ਲਈ ਪੰਜਾਬ ਰਾਜ ਸਿਹਤ ਏਜੰਸੀ ਨੇ ਇੱਕ ਵਿਸ਼ੇਸ਼ ਦੀਵਾਲੀ ਬੰਪਰ ਡਰਾਅ ਲਿਆਂਦਾ ਹੈ ਜੇ ਸਿਹਤ ਜੇਕਰ ਕੋਈ ਵੀ ਵਿਅਕਤੀ 16 ਅਕਤੂਬਰ ਤੋਂ 30 ਨਵੰਬਰ ਤੱਕ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਆਪਣੇ ਆਪ ਨੂੰ ਰਜਿਸਟਰਡ ਕਰਦਾ ਹੈ ਤਾਂ ਉਹ ਸਕੂਲ 1 ਲੱਖ ਰੁਪਏ ਤੱਕ ਦਾ ਇਨਾਮ ਜਿੱਤਣ ਦਾ ਮੌਕਾ ਹੋਵੇਗਾ ਇਸ ਬਾਰੇ ਜਾਣਕਾਰੀ ਦਿੰਦੇ ਪੰਜਾਬ ਰਾਜ ਸਿਹਤ ਏਜੰਸੀ ਦੀ ਮੁਖ ਕਾਰਜਕਾਰੀ ਅਧਿਕਾਰੀ ਬਬੀਤਾ ਨੇ ਦੱਸਿਆ ਕਿ ਬੰਪਰ ਡਰਾਅ ਦੌਰਾਨ 10 ਜੇਤੂਆਂ ਦੀ ਚੋਣ ਕੀਤੀ ਜਾਪੇਗੀ ਤੇ ਇਸ ਲਈ ਪਹਿਲਾ ਇਨਾਮ ਹੀ 1 ਲੱਖ ਰੁਪਏ ਦਾ ਹੋਵੇਗਾ ਬਬੀਤਾ ਨਕੇ ਕਿ ਇਸ ਵਿਸ਼ੇਸ਼ ਮਹਿੰਦਾ ਮਕਸਦ ਲੋਕਾਂ ਨੂੰ ਆਯੁਸ਼ਮਾਨ ਕਾਰਡ ਬਣਾਉਣ ਲਈ ਉਤਸ਼ਾਹਿਤ ਕਰ ਰਹੇ ਹਨ ਉਨ੍ਹਾਂ ਦੱਸਿਆ ਕਿ ਲਾਪਾਤਰੀ ਪਰ ਸਰਕਾਰ ਦੀ ਕੌਮੀ ਸਿਹਤ ਅਥਾਰਟੀ ਦੀ ਵੈੱਬਸਾਈਟ ਤੇ ਜਾ ਕੇ ਆਯੁਸ਼ਮਾਨ ਐਪ ਦੀ ਵਰਤੋਂ ਕਰਕੇ ਜਾਂ ਆਪਣੇ ਨਜ਼ਦੀਕੀ ਆਸ਼ਾ ਵਰਕਰ ਜਾਂ ਸੂਚੀਬਧ ਹਸਪਤਾਲਾਂ 'ਚ ਪਹੁੰਚ ਕਰਕੇ ਆਪਣੇ ਕਾਰਡ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਨੇ ਜ਼ਿਕਰਯੋਗ ਹੈ ਕਿ ਆਯੁਸ਼ਮਾਨ ਭਾਰਤ ਪਰ ਸਰਕਾਰ ਦੀ ਇੱਕ ਫਲੈਗਸ਼ਿਪ ਯੋਜਨਾ ਜਿਸ ਨੂੰ ਸਤੰਬਰ 2018 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਂਚ ਕੀਤਾ ਗਿਆ ਸੀ ਸੂਬਾ ਚੋਣ ਕਮਿਸ਼ਨ ਵੱਲੋਂ ਪੰਜ ਨਗਰ ਨਿਗਮਾਂ ਚਰਵਾਈਆਂ ਚਾਣਵਲੀਆਂ ਚੋਣਾਂ ਤੇ ਇਨ੍ਹਾਂ ਦੀਆਂ ਵੋਟਰ ਸੂਚੀਆਂ ਦੀ ਤਿਆਰੀ ਕਰਨ ਲਈ ਸਮਾਂ ਸਾਰਨੀ ਜਾਰੀ ਕਰ ਦਿੱਤੀ ਹੈ ਬੁਲਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਤੇ ਫਗਵਾੜਾ ਚ ਨਗਰ ਨਿਗਮਦਿਆਂ ਚੋਣਾਕਰਨ ਸੰਬੰਧੀ 5 ਅਕਤੂਬਰ ਨੂੰ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ 19 ਅਕਤੂਬਰ ਤੱਕ ਵੋਟਰ ਸੂਚੀਆਂ ਦੀ ਤਿਆਰੀ ਕਰਨ ਦਾ ਸਮਾਂ ਰੱਖਿਆ ਗਿਆ ਹੈ ਵੋਟਰ ਸੂਚੀਆਂ ਦਾ ਖਰੜਾ ਹੀ 1 ਅਕਤੂਬਰ ਤੱਕ ਪ੍ਰਕਾਸ਼ਿਤ ਕੀਤਾ ਜਾਵੇਗਾ ਤਾਂ ਬੇ ਅਤੇ ਇਤਰਾਜ਼ 1 ਅਕਤੂਬਰ ਤੱਕ ਦਾਇਰ ਕੀਤੇ ਜਾ ਸਕਣਗੇ 8 ਨ ਕੀਤਾ ਜਾ ਸਕੇਗਾ ਤੇ 10 ਨਵੰਬਰ ਨੂੰ ਵੋਟਰ ਸੂਚੀਆਂ ਦਾ ਅੰਤਿਮ ਪ੍ਰਕਾਸ਼ਨ ਕੀਤਾ ਜਾਪੇਗਾ ਮਲੇਰ ਕੋਟਲਾ ਦੀ ਡਿਪਟੀ ਕਮਿਸ਼ਨਰ ਡਾਕਟਰ ਪਲਵੀ ਦੀ ਅਗਵਾਈ ਚੌਣੇ ਦੀ ਪ੍ਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਜ਼ਿਲ੍ਹੇ 'ਚ ਜਾਗਰੂਕਤਾ ਵੈਨਚ ਚਲਾਈਆਂ ਜਾ ਰਹੀਆਂ ਨੇ ਇਸ ਜਾਗਰੂਕਤਾ ਮੁਹਿੰਮ 'ਚ ਖੇਤੀਬਾੜੀ ਤੇ ਕਿਸਾਨ ਪ ਲਈ ਵਿਭਾਗ ਦੇ ਅਧਿਕਾਰੀ ਲਗਾਤਾਰ ਪਿੰਡਾਂ 'ਚ ਕਿਸਾਨਾਂ ਨੂੰ ਪ੍ਰਾਲੀ ਨੂੰ ਅੱਗ ਨਾ ਲਾਉਣ ਦੀ ਥਾਂ ਔਰਟਸ ਨੂੰ ਖੇਤ ਵਿੱਚ ਹੀ ਰਲੌਨ ਲਈ ਜਾਗਰੂਕ ਕਰ ਰਹੇ ਨੇ ਇਨ੍ਹਾਂ ਜਾਗਰੂਕਤਾ ਵੈਨਾਂ ਰਾਹੀਂ ਜਿੱਥੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਉੱਤੇ ਪ੍ਰਾਲੀ ਪ੍ਰਬੰਧਨ ਲਈ ਸਬਸਿਡੀ ਤੇ ਉਪਲਬਧ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ ਬਾਰੇ ਤਕਨੀਕੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ Israel. ਅੱਜ ਦੇ ਬੁਲਾਰੇ ਡੈਨੀਅਲ ਹੈਗਰੀ ਨੇ ਐਲਾਨ ਕੀਤਾ ਕਿ ਅਜੇ ਤੱਕ ਕੋਈ ਜੰਗਬੰਦੀ ਨਹੀਂ ਹੋਈ ਹੈ ਸਰਹੱਦਾਂ ਬੰਦਨੇ ਤੇ ਹਮਾਸ ਨਾਲ ਚੜਪੰਨ ਜਾਰੀ ਨੇ ਗਾਜ਼ਾ ਪੱਟੀ 'ਚ ਸਥਿਤੀ ਲਗਾਤਾਰ ਗੰਬੀਰ ਹੁੰਦੀ ਜਾ ਰਹੀ ਹੈ ਹਮਾਸ ਦੇ ਗਾਜ਼ਾ ਨਿਵਾਸੀਆਂ ਦੇ ਦਖਣੀ ਗਾਜ਼ਾ ਪੱਟੀ ਵੱਲ ਜਾਨ ਵਿੱਚ ਰੁਕਾਵਟ ਪਾਉਣ ਦਾ ਦੋਸ਼ ਹੈ ਇਸ ਕਦਮ ਦੀ ਕਥਿਤ ਅਣਮਨੁੱਖੀ ਵਤੀਰੇ ਲਈ ਵਿਆਪਕ ਨਿੰਦਾ ਕੀਤੀ ਗਈ ਹੈ 7 ਅਕਤੂਬਰ ਨੂੰ ਸ਼ੁਰੂ ਹੋਈ ਇਹ ਜੰਗ ਗਾਜ਼ਾ 'ਚ ਹੁਣ ਤੱਕ ਹੋਈਆਂ ਪੰਜ ਜੰਗਾਂ ਵਿੱਚੋਂ ਸਭ ਤੋਂ ਭਿਆਨਕ ਹੈ ਇਜ਼ਰਾਈਲ ਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਵਿੱਚ 40 तो मारे गए फलिस्ती शरणार्थियों संयुक्त राष्ट्रीय ने गाजावे बंधक बना लिया इस दौरान अमरीकी विदेश एंट्री बलिंकन मौजूदा संकट से गलबात छह अरब देशों का दौरा करने तो बाद इसराइल परत आए ने इधर भारत अपने नागरिकांत युद्ध प्रभावित खेत तुरखियत क्डन ऑपरे अजय तहत तल अबीब ਉਹ ਪੰਜਵੀਂ ਉਡਾਨ ਦੀ ਤਿਆਰੀ ਕਰ ਰਿਹਾ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪਟਿਆਲਾਜ ਕਰਵਾਈ ਗਈ 45ਵੀਂ 올 ਇੰਡੀਆ ਇਲੈਕਟ੍ਰਿਸਿਟੀ ਸਪੋਰਟਸ ਕੰਟਰੋਲ ਬੋਰਡ ਇਲੈਟਿਕਸ ਮੀਟ ਸਮਾਪਤ ਹੋ ਗਈ ਇਸ ਮੌਕੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਅਰਪਜਨ ਸਿੰਘ ਈਟੀਓ ਬਲੂ ਸਪੌਟਲਾਈਟਸ ਦੇ ਲੇਖ ਅਧੀਨ ਇੱਕ ਮੈਗਜ਼ੀਨ ਜਨਤਕ ਕੀਤਾ ਗਿਆ ਪਾਵਰਕਾਮ ਦੇ ਲੋਕ ਸੰਪਰਕ ਵਿਭਾਗ ਦੇ ਅਧਿਨ ਸਕੱਤਰ ਗੋਪਾਲ ਚਰਮਾਨ ਨੇ ਦੱਸਿਆ ਕਿ ਇਸ ਕਿਤਾਬਚੇ ਵਿੱਚ ਬਿਜਲੀ ਖੇਤਰ ਵਿੱਚ ਪਿਛਲੇ ਡੇਢ ਸਾਲ ਦੌਰਾਨ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਤੇ ਸਕੀਮਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਇਸ ਤੋਂ ਇਲਾਵਾ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਖੇਡ ਸੰਸਾਰ ਨਾਲ ਸੰਬੰਧਿਤ ਵਿਸ਼ੇਸ਼ ਜਾਣਕਾਰੀ ਭਰਪੂਰ ਲੇਖ ਵੀ ਪ੍ਰਕਾਸ਼ਿਤ ਕੀਤੇ ਗਏ ਨੇ ਅੰਤਰਰਾਸ਼ਟਰੀ 올림픽 ਕਮੇਟੀ ਨੇ 2028 ਲਾਸ ਏਂਜਲਸ 올림픽 ਖੇਡਾਂ ਵਿੱਚ T20 ਕ੍ਰਿਕਟ ਨੂੰ ਅਧਿਕਾਰਿਤ ਤੌਰ ਤੇ ਸ਼ਾਮਿਲ ਕਰ ਲਿਆ। ਅੰਤਰਰਾਸ਼ਟਰੀ 올림픽 ਕਮੇਟੀ ਦੀ ਮੁੰਬਈ ਵਿੱਚ ਹੋਈ ਬੈਠਕ ਵਿੱਚ ਇਸ ਦਾ ਫੈਸਲਾ ਲਿਆ ਗਿਆ। ਕਮੇਟੀ ਨੇ ਇਸ ਤੋਂ ਇਲਾਵਾ ਸਕੁਐਸ਼, ਬੀਸਬਾਲ ਅਤੇ ਫਲੈਗ ਫੁੱਟਬਾਲ ਨੂੰ ਵੀ 2028 ਲਾਸ ਏਂਜਲਸ ਖੇਡਾਂ ਵਿੱਚ ਸ਼ਾਮਿਲ ਕੀਤਾ ਹੈ। ਖੇਡਾਂ ਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਨਾਗ ਸਿੰਘ ਢਾਕੂ ਨੇ ਨਖੇਡਨ ਨੂੰ 올림픽 ਖੇਡਾਂ ਵਿੱਚ ਸ਼ਾਮਿਲ ਕੀਤੇ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਦੀਆਂ ਸਭ ਤੋਂ ਵੱਧ ਹਰਮਨ ਪਿਆਰੀਆਂ ਖੇਡਾਂ ਕ੍ਰਿਕਟ ਅਤੇ ਸਕੁਐਸ਼ ਨੂੰ 올 ਸਹੀ ਦਿਸ਼ਾ ਵਿੱਚ ਚੁੱਕਿਆ ਗਿਆ ਕਦਮ ਹੈ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਨਾਲ ਭਾਰਤ ਦਾ 올림픽 ਵਿੱਚ ਪ੍ਰਦਰਸ਼ਨ ਵਧੇਗਾ ਤੇ ਨਾ ਖੇਡਾਂ ਨੂੰ ਸ਼ਾਮਲ ਕੀਤੇ ਜਾਣ ਨਾਲ ਹੋਰ ਨੌਜਵਾਨਾਂ ਨੂੰ ਪ੍ਰੇਰਣਾ ਮਿਲੇਗੀ ਤੇ ਉਹ ਅੱਗੇ ਆਉਣਗੇ ਲਖਨਊ ਚੁਕੇਡੇ ਦੇ ਕ੍ਰਿਕਟ ਵਿਸ਼ਵ ਕੱਪ ਦੇ ਮੈਚ ਵਿੱਚ ਆਸਟ੍ਰੇਲੀਆ ਨੂੰ ਦੋ ਹਾਰਾਂ ਤੋਂ ਬਾਅਦ ਸ਼੍ਰੀਲੰਕਾ ਖਿਲਾਫ ਜਤਨਸੀਬ ਹੋਈ। ਸ਼੍ਰੀਲੰਕਾ ਵੱਲੋਂ ਦਿੱਤੇ ਗਏ 210 ਦੌੜਾਂ ਦੇ ਟੀਚੇ ਨੂੰ ਕੰਗਾਰੂਆਂ ਦੀ ਟੀਮ ਨੇ 35 ਓਵਰ ਤੇ ਦੋ ਗੇਂਦਾਂ ਵਿੱਚ ਪੰਜ ਬਿਕਟਾਂ ਦੇ ਨੁਕਸਾਨ ਤੇ ਪੂਰਾ ਕਰ ਲਿਆ। ਆਸਟ੍ਰੇਲੀਆ ਨੂੰ ਆਪਣੇ ਪਹਿਲੇ ਦੋ ਮੈਚਾਂ ਜੰਹ ਭਾਰਤ ਤੇ ਦੱਖਣ ਅਫਰੀਕਾ ਕੋਲੋਂ ਹਾਰ ਦਾ ਮੂੰਹ ਦੇਖਣਾ ਪਿਆ ਸੀ। ਆਸਟ੍ਰੇਲੀਆ ਵੱਲੋਂ ਮੈਸ਼ਿਲ ਮਾਰਚ ਨੇ 52, ਲਬੂਸ਼ੀਨ ਚਾਲੀ ਇੰਗਲਿਸ਼ ਨੇ 58 ਅਤੇ ਮੈਕਸ ਬੈਲ ਨੇ 21 ਗੇਂਦਾਂ 'ਚ ਤੇਜ਼ ਦਰ ਨਾਲ 31 ਦੌੜਾਂ ਸਨ ਜ਼ਿਕਰਯੋਗ ਹੈ ਕਿ ਪੰਜ ਵਾਰ ਵਿਸ਼ਵ ਕੱਪ ਜਿੱਤ ਚੁੱਕੀ ਆਸਟ੍ਰੇਲੀਆ ਟੀਮ ਨੇ ਮੌਜੂਦਾ ਵਿਸ਼ਵ ਕ੍ਰਿਕਟ ਕੱਪ ਮੁਕਾਬਲੇ 'ਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ ਅੱਜ ਦੱਖਣ ਅਫਰੀਕਾ ਤੇ ਨੀਦਰਲੈਂਡ ਦਾ ਮੁਕਾਬਲਾ ਹੋਵੇਗਾ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ ਆ ਰਹੇ ਹਨ ਡੀਡੀ ਕੇ ਜਲੰਧਰ ਦੇ YouTube ਚੈਨਲ Facebook ਪੇਜ ਤੇ X ਤੇ ਵੀ ਦੇਖ ਸਕਦੇ ਨੇ ਤੇ ਬੁਲੇਟਿਨ ਦੇ ਅਖੀਰ ਵਿੱਚ ਚੁਣਨੀਆਂ ਖਬਰਾਂ ਇੱਕ ਵਾਰ ਫਿਰ ਤੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਨਵੀਂ ਦਿੱਲੀ ਚ 69ਵੇਂ ਰਾਸ਼ਟਰੀ ਫਿਲਮ ਪੁਰਸਕਾਰ ਕਰਨਗੇ ਪ੍ਰਦਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਿਸ਼ਵ ਸਮੁੰਦਰੀ ਭਾਰਤ ਸਿਕਰ ਸੰਮੇਲਨ ਵੀ 23 ਦਾਕਰਨ ਦੇ ਉਦਘਾਟਨ ਪੰਜਾਬ ਸਰਕਾਰ ਨੇ 3 ਨਵੰਬਰ ਤੱਕ ਲੋਕਾਂ ਨੂੰ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸੇਧੀਮਾ ਯੋਜਨਾ ਤਹਿਤ ਪंजीकरण ਲਈ ਚਲਾਈ ਵਿਸ਼ੇਸ਼ ਮਹਿੰਮ ਇਜ਼ਰਾਈਲ ਨੇ ਜੰਗ ਬੰਦੀ ਅਤੇ ਗਾਜ਼ਾ ਲਈ ਸਰहदी ਲਾਂਘੇ ਖੋਲਣ ਤੋਂ ਕੀਤਾ ਇਨਕਾਰ ਕ੍ਰਿਕਟ ਵਿਸ਼ਵ ਕੱਪ ਅਸਟ੍ਰੇਲੀਆ ਨੂੰ ਦੋ ਹਾਰਾਂ ਤੋਂ ਬਾਅਦ ਮਿਲੀ ਜਿੱਤ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਇਆ ਤੇ ਇਸ ਦਿਨ ਦੀਆਂ ਖਬਰਾਂ ਦਾ ਬਲੂਟਨ ਖਤਮ ਹੁੰਦਾ ਹੈ ਇਜਾਜ਼ਤਿਓ ਨਮਸਕਾਰ